ਸਾਸਰੀ ਗਾਲ ਵੀਰ ਜੀ ਮੈਂ ਥਾਰਾ ਗੱਲਾਂ ਗਲੈਕੜ ਪਰਮਜੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਅੱਜ ਦੀਆਂ ਬੜੀਆਂ ਖਬਰਾਂ ਥਾਰੇ ਗੱਲ ਕਰਾਂਗਾ ਮੈਂ ਸਾਂਝੀਆਂ ਔਰ ਜਿਤਨੇ ਮੇਰੇ ਵੀਰ ਭੈਣ ਭਾਈ ਮਾਰੇ ਸੋਕੇ ਗੱਲ ਜੁੜੇ ਹੋਏ ਸਾਰਿਆਂ ਦਾ ਧੰਨਵਾਦ ਕਰਾਂ ਅੱਜ ਥੋੜੀ ਜੀ ਸਿਹਤ ਠੀਕ ਨਹੀਂ ਪਰ ਫਿਰ ਵੀ ਪਿਆਰ ਥਾਰਾ ਮਜਬੂਰ ਕਰ ਦਿਆ ਵੀਰ ਵੀ ਪ੍ਰੋਗਰਾਮ ਲੈ ਕਾਣਾ ਪਵਾ ਅੱਜ ਸਰੀਰ ਸੈੱਟ ਨਹੀਂ ਦਾ ਪਰ ਫਿਰ ਵੀ ਕੋਸ਼ਿਸ਼ ਇਹੀ ਰਹੇਗੀ ਵੀ ਆਪ ਤੁਹਾਨੂੰ ਜਿਹੜਾ ਨਜ਼ਾਰਾ ਪਹਿਲਾਂ ਵੀ ਆਵੇ ਤਾਂ ਉਸ ਤਰ੍ਹਾਂ ਨਜ਼ਾਰਾ ਆਵੇਗਾ ਆ ਰਿਹਾ Facebook ਪੇਜ ਮੇਰਾ ਪਰਮਜੀਤ ਸਿੰਘ ਪਖਨਾ Instagram ਪਰਮਜੀਤ ਪਖਨਾ YouTube ਕਮੇਡੀ ਚੈਨਲ ਮੇਰਾ ਕਮੇਡੀ ਵਾਈਬ ਉੱਥਾ ਜਾ ਕੇ ਵੀ ਥਮ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬੜੀਆਂ ਖਬਰਾਂ ਦੇ ਵਿੱਚ ਇੱਕ ਬਾਤ ਥਾਰੇ ਦੇ ਮੈਂ ਜਰੂਰ ਪੁੱਛਣੀ ਕੱਲੂ ਕਮੈਂਟ ਕਰਕੇ ਜਰੂਰ ਦੱਸਿਓ ਚਾਹ ਐ ਕਿਸੇ ਪਾਰਟੀ ਗਲ தம் ਸੰਬੰਧਤ ਚਾਹੇ ਕਾਲੀ ਚਾਹੇ ਕਾਂਗਰਸੀ ਚਾਹੇ ਝਾੜਵੜ ਵਾਲੇ ਚਾਹੇ ਭਾਜਪੀ ਵਾਲੇ ਚਾਹੇ ਬੀਰ ਕੋਈ ਹੋਰ ਨਿੱਕ ਸੁੱਕ ਪਾਰਟੀਆਂ ਜਿਨ੍ਹਾਂ ਨਾਲ தம் ਬਿਲੋਂਗ ਕਰਾ ਮੈ ਮੈਨੂੰ ਯੋ ਕੱਲ ਜਰੂਰ ਦੱਸਿਓ ਵੀ ਜੇ ਜ਼ਮਾਨਤ ਮਿਲਣਾ ਬੇਕਸੂਰ ਹੋਣਾ ਤਾਂ ਬਾਈ ਜ਼ਮਾਨਤ ਮਿਲ ਗਈ ਤਾਂ ਬੇਕਸੂਰ ਔਰ ਜ਼ਮਾਨਤ ਰੱਦ ਹੋ ਗਈ ਤਾਂ ਫਿਰ ਇਸ ਨੂੰ ਪਾ ਕੀ ਕਹਿ ਸਕਾਂ ਯੋ ਜਵਾਬ ਮੈਨੂੰ ਮਿਲਿਆ ਨਹੀਂ ਇਸ ਕਰਕੇ ਥਾਨੂੰ ਮੈਂ ਯੋ ਪਾ ਰਿਆ ਵੀ ਜੇ ਤੋ ਜਮਾਨਤ ਮਿਲ ਗਈ ਲੱਡੂ ਵੰਡ ਤੇ ਕਾਹ ਹੈ ਵੀ ਬੇਕਸੂਰਤਾ ਤਾਂ ਮਿਲੀ ਜਮਾਨਤਾ আর ਜਮਾਨਤ ਰੱਦ ਹੋ ਗਈ ਈਸ ਨੂੰ ਆਪਾਂ ਕਿਆ ਕਹਾਂਗੇ আর ਉਸਤੇ ਬਾਅਦ ਪੰਜਾਬ ਦੇ ਵਿੱਚ ਜਿੱਥਾ ਚੌਣਾ ਕੀ ਸਰਗਰਮੀ ਬਾਤਰੀ ਪੂਰੀ ਰੋਜ਼ ਨਵੇਂ ਪਟਾਕੇ ਪੈਰੇ ਵੀਰ ਕੱਲ ਇੱਕ ਹੋਰ بڑا ਪਟਾਕਾ ਦੇਖਿਆ ਵੀਰ ਜਿੱਥਾ ਕਾਂਗਰਸ ਪਾਰਟੀ ਨੇ ਆਪਣੀ ਦੂਸਰੀ ਲਿਸਟ ਜਾਰੀ ਕਰਿਆ ਇਸਤੇ ਬਾਅਦ ਪੜਾਕਾ ਇਤਨਾ ਤਕੜਾ ਪਿਆ ਬਿਰ ਕੱਲ ਤੋਂ ਇੱਕ ਬੱਦਾ ਵੀ ਰੋਣ ਲੱਗ ਗਿਆ ਚੋਣਾਗ ਵਿੱਚ ਪਾਰਟੀ ਦੀ ਟਿਕਟ ਨਾ ਮਿਲਣ ਕਰਕੇ ਵੱਖ-ਵੱਖ ਤਰੀਕੇ ਨਾਲ ਜਿੱਤਰਾ ਰੋਜ਼ ਪ੍ਰਗਟ ਕਰਾ ਪਾਰਟੀ ਦੇ ਉੱਪਰ ਟਿਕਟ ਨਾ ਮਿਲਣ ਕਰਕੇ ਇੱਕ ਯੂ ਕਹ ਲੋ ਵੀ ਯੂਥਾ ਰਿਜ਼ਰਵ ਸੀਟ ਜਨਾਨੀ ਕੀ ਲੇਕਿਨ ਉਹ ਜਨਾਨੀ ਟਿਕਟ ਨਹੀਂ ਮਿਲੀ আর ਉਸਕੇ ਘਰ ਵਾਲਾ ਰੋਣ ਲੱਗ ਗਿਆ ਘਰ ਵਾਲਾ ਰੋਣ ਲੱਗ ਗਿਆ ਤਾਂ ਹਾ ਮਾਰ ਮਾਰ ਕਾ ਫਿਰੂਜ਼ਪੁਰ ਪਿੰਡੂ ਖੇਤਰ ਕੀ ਵਿਧਾਨ ਸਭਾ ਸੀਟ ਤੇ ਉਹ ਫਰੋਜਪੁਰ ਇਲਾਕੇ ਕੀ ਕਾਂਗਰਸ ਕੀ ਉੱਥਾ ਬੀਬੀ ਸਤਕਾਰ ਕੋਰ ਗਹਿਰੀ ਇਸ ਕਾ ਘਰ ਵਾਲਾ ਰੋ ਰੋ ਗਾ ਇਸ ਕਾ ਬੁਰਾ ਹਾਲ ਹੋ ਗਿਆ ਵੀਰਾ ਇਤਨਾ ਰੋਇਆ ਇਤਨਾ ਰੋਇਆ ਯੋ ਕਹਿ ਰਹਾ ਕਾ ਵੀ ਜੇ ਇਮਾਨ ਨੂੰ ਟਿਕਟ ਨਾ ਮਿਲੀ ਕਾ ਹਮਾਰੇ ਛੋਟੇ ਛੋਟੇ ਬੱਚੇ ਕਾ ਭੁੱਖੇ ਮਰ ਜਾਂਗੇ ਯੋ ਬਾਤ ਯੋ ਬੰਦਾ ਕਹਿ ਰਿਹਾ ਵੀ ਟਿਕਟ ਦਿਵਾਓ ਮਤਲਬ ਟਿਕਟ ਕਾ ਇਤਨਾ ਜ਼ਮਾਨਾ ਇਤਨਾ ਦਵਾਨਾ ਯੋ ਪਰਵਾਰ ਕਿਆ ਕਹਿ ਸਕਾਂ ਇਸ ਨੂੰ ਇਹ ਬੀਬ ਟਿਕਟ ਤੋਂ ਆਵ ਟਿਕਟ ਤੋਂ ਮਿਲਦੀ ਨਹੀਂ ਫਿਰ ਇਸਕਾ ਯੋਹੀ ਹੱਲਾ ਵੀ ਥਮ ਜਾ ਤੋ ਬੀਜੇਪੀ ਜੁਆਇਨ ਕਰ ਲਿਓ ਬੀਜੇਪੀ ਮਾ ਮਿਲ ਸਗਾ ਟਿਕਟ ਯੋ ਉਥਾ ਮਤਲਬ ਰੋਟੀ ਪਾਣੀ ਥਾਰਾ ਚੱਲਦਾ ਹੋ ਜਾਏਗਾ ਬੀਜੇਪੀ ਦੇ ਥਾਨਾ ਜੁਆਇਨ ਕਰ ਲੀ ਫਿਰ ਉਥਾ ਰੋਟੀ ਪਾਣੀ ਚੱਲਦਾ ਹੋ ਜਾਏਗਾ ਆਰ ਸਹੀ ਕਲਪ ਰਿਆ ਕਿਉਂਕਿ ਉਹ ਮਤਲਬ ਵੀ ਤੜਪ ਤੋਂ ਇਸੇ ਗੱਲ ਨੂੰ ਕਰ ਕਰ ਰਿਆ ਵੀ ਘਰਾਂ ਇਹ ਰੋਟੀ ਜਿਹੜਾ ਵੀ ਘਰ ਕੇ ਵਿੱਚੋਂ ਰੋਟੀ ਰੇਤੇ ਦੀ ਖੱਡਾਂ ਕਰ ਕਰ ਚਲੇ ਗਰ ਸੀ ਇਹ ਖੱਡਾਂ ਬੰਦ ਇਹ ਚੁੱਲਾ ਤਪਣਾ ਪਵੇਗਾ ਫਿਰ ਜੇ ਉਹ ਕਹਿ ਲੋ ਹਰ ਸਤਕਾਰ ਕੋਰ ਇਹ ਇਸ ਦਾ ਘਰ ਵਾਲਾ ਵਿਚਾਰਾ ਇਹ ਆਪ ਸਤਕਾਰ ਯੋਗ ਪਤੀ ਇਸ ਦਾ ਸਪਸ਼ਟ ਇਹ ਵੀ ਕਮਾਈ ਦਾ ਸਾਧਨ ਪੂਰੀ ਤਰ੍ਹਾਂ ਬੰਦ ਹੋ ਗਿਆ ਇਸ ਕਰ ਕਰ ਹੋ ਰਿਹਾ ਬਕਾਸ ਰੁਕ ਗਿਆ ਬਕਾਸ ਰੁਕ ਗਿਆ ਬਾਕੀ ਵੀਰਿਓ ਕਹਿ ਰਹੀ ਇਸ ਤਰ੍ਹਾਂ ਕੇ ਕੌਲੀ ਚੱਟ ਜਿਹੜੇ ਲੀਡਰ ਹੋ ਮਾਰਾ ਇਹਨਾਂ ਨੂੰ ਸਿਰਫ ਆਪਣਾ ਟੱਬਰ ਦੇਖਾ ਦੁਨੀਆ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਕਹਿ ਰਿਹਾ ਮੇਰੇ ਨਿਆਣੇ ਭੁੱਖੇ ਮਰ ਜਗੇ ਜਿਹੜੇ ਦੁਨੀਆ ਕੇ ਨਿਆਣੇ ਭੁੱਖੇ ਮਰ ਰਹੇ ਇਨਕੇ ਬਾਰੇ ਉਹ ਵੀ ਕਦੇ ਸੋਚਿਆ ਥਾਨਾ ਆਹ ਟਿਕਟ ਨਹੀਂ ਮਿਲੀ ਅੱਜ ਇਹ ਮਾੜੇ ਹੋ ਗਏ ਇਹ ਵਰ ਟਿਕਟਾ ਨਾ ਮਿਲਲੇਗੀ ਜਿੱਥਾ ਬਾਤ ਕਰਾਂ ਬੀਰਾ ਇਹ ਮਜੀਠੇ ਕੀ ਟਿਕਟ ਕੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ ਪਹਿਲਾਂ ਮੈਂ ਤੁਹਾਨੂੰ ਦੱਸਾਂ ਵੀ ਕੱਲ ਕਲੇਸ਼ ਪਿਆ ਕਿਆ ਕਿਆ ਟਿਕਟ ਕੱਟੇ ਜਾਣ ਦੇ ਬਾਅਦ ਬਾਗੀ ਹੋ ਗਈ ਪੰਜਾਬੀ ਗਾਇਕ ਸਤਵਿੰਦਰ ਕੌਰ ਬਿੱਟੀ ਇਹ ਕਾਂਗਰਸ ਦੇ ਵਿੱਚ ਮਾ ਕਹਾ ਜਨਾਨੀ ਦੀ ਕਦਰ ਹੈ ਨਹੀਂ ਹੈ ਕਦਰ ਹੈ ਨਹੀਂ ਕਾ ਟਿਕਟ ਨਹੀਂ ਦੇਈ ਮੈਨੂੰ ਦੱਸੋ ਪੰਜਾਬ ਦੇ ਵਿੱਚ ਮਾ ਕੈਪਟਨ ਸਾਹਿਬ ਨੇ ਬੀਬੀਆਂ ਨੂੰ ਬੱਸ ਮਾ ਟਿਕਟ ਨਾ ਦੇਣ ਦੀ ਗੱਲ ਕਹੀ ਕਨੈਕਟਰਾਂ ਨੂੰ ਕਲੈਂਡਰਾਂ ਨੂੰ ਕਹ ਰਿਹਾ ਕਾ ਬੀਬੀਆਂ ਨੂੰ ਟਿਕਟ ਨਹੀਂ ਦੇਣੀ ਆਹ ਉਧਰ ਦਿੱਲੀ ਮਾ ਬੈਠੇ ਕਾਂਗਰਸ ਵਾਲੇ ਕਹ ਰੇ ਬੀਬੀਆਂ ਨੂੰ ਇਲੈਕਸ਼ਨ ਦੇ ਵਿੱਚ ਮਾ ਵੀ ਟਿਕਟ ਨਹੀਂ ਦੇਣੀ ਅੱਲ ਤਿੰਨ ਚਾਰ ਬੀਬੀਆਂ ਦੇ ਪੱਤੇ ਸਾਫ਼ ਕਰੇਗਾ ਇਹੋ ਵੀਰ ਕਹ ਲੋ ਇਹ ਬਾਕੀ ਹੋ ਗਈ ਪਰ ਟਾਈਮ ਟਾਈਮ ਨਿਕਲ ਗਿਆ ਕਾਂਗਰਸੀ ਸਿਆਣੇ ਇਹਨਾਂ ਨੂੰ ਪਤਾ ਆ ਜੇ ਪਹਿਲਾਂ ਕਰ ਦਿੰਦੇ ਐਲਾਨ ਫੇਰ ਇਹ ਬੀਬੀ ਵਾਸਤਾ ਬੜੇ ਵਿਕਲਪ ਤੇ ਪਰ ਇਹ ਬ ਵਿਕਲਪ ਹੈ ਨਹੀਂ ਕੋਈ ਇਹ ਬ ਲੇਟ ਹੋ ਗਈ ਆਰ ਬੰਨੂ ਤਾਂ ਹਾਸੀ ਇਸ ਬਾਤ ਤੇ ਹਾਰੀ ਦੀ ਚਲੋ ਇਹ ਮਜ਼ਾਕ ਬਣਦਾ ਨਹੀਂ ਵੈਸੇ ਵੀਰ ਬਹੁਤ ਧੀਆਂ ਪੈਣਾ ਮਾਰੇ ਗਏ ਲੋ ਜੁੜੀਆਂ ਸੁਣਾਵਾਰੇ ਪ੍ਰੋਗਰਾਮ ਪਰ ਵੀ ਇੱਕ ਉਮਰ ਦਾ ਤਕਾਜ਼ਾ ਹੋ ਵਾ ਹਰੇਕ ਬੰਦੇ ਦਾ ਬਾ ਕਹਿ ਰੀ ਕੁੜੀ ਕੁੜੀ ਯੋ ਕੁੜੀਆਂ ਯੋ ਨਹੀਂ ਕਰਿਆ ਯੋ ਨਹੀਂ ਕਰਿਆ ਦੱਸ ਵੀ ਤਾਉ ਕੁੜੀ ਕਿਹੜੇ ਪਾਸੇ ਲੱਗ ਰਹੀ ਉਮਰ ਦਾ ਤਕਾਜ਼ਾ ਦੇਖੋ ਔਰ ਸ਼ਬਦਾਂ ਦਾ ਸਮੇਲ ਜ਼ਰੂਰ ਬਣਾ ਕਰ ਰੱਖੋ ਔਰ ਨਰਾਸਾਲੀ ਦੱਸੋ ਕਿਹੜੀ ਗੱਲ ਹੈ ਇਸ ਵਨ ਨਰਾਸਾਲੀ ਕਿਹੜੀ ਗੱਲ ਬੀਬੀ ਸਤਵਿੰਦਰ ਬਿੱਟੀ ਵਾਸਤਾ ਇਸ ਕੇ ਵਿੱਚ ਯੋ ਕਲੋਂ ਕਾਂਗਰਸ ਤੋਂ ਇਤਿਹਾਸ ਕੁਰਬਾਨੀਆਂ ਗੈਲ ਭਰਿਆ ਪਿਆ ਕਾਂਗਰਸ ਐ ਤੇ ਇੱਕ ਕੁਰਬਾਨੀ ਹੋਰ ਕਰ ਦਿਓ ਗਿਆ ਚੱਕਰ ਕੁਰਬਾਨੀ ਦੇ ਦਿਓ ਇੱਕ ਹੋਰ ਹਰਸਾਨੇਵਾਲ ਤੇ ਡੇਲੋ ਵਾਲੀ ਬੱਸ માં ਵੀ ਨਿੱ ਟਿਕਟ ਮਿਲੀ ਨਾ ਪਟਿਆਲੇ ਤੇ ਜਲੰਧਰ ਵਾਲੀ ਬੱਸ માં ਟਿਕਟ ਮਿਲੀ ਨਾ ਇਹ ਕਾਂਗਰਸ ਕੀ ਟਿਕਟ ਮਿਲੀ ਯੋ ਕਹ ਲੋ ਟਿਕਟ ਨਾ ਮਿਲ ਮਿਲਨ ਕਰ ਕਾ ਕੱਲ ਬੀਬੀ ਕਾਫੀ ਔਖੀ ਨਜ਼ਰ ਆਈ ਵੀਰ ਕੱਲ ਬੀਬੀ ਨੇ ਮੈਂ ਬੜੀ ਵਾਰ ਹੈ ਪਹਿਲਾਂ ਵੀ ਸੁਣਿਆ ਕਰਤਾ ਇਸਕੇ ਬਿਆਨ ਪਰ ਕੱਲ ਬੀਬੀ ਦਾ ਤੇਵਰ ਜਿਹੜਾ ਤਾਂ ਬੜੇ ਕਮਾਲ ਕਾ ਦਾ ਦੇਖਣ ਵਾਲਾ ਤਾਂ ਪਰ ਜੇ ਟਿਕਟ ਮਿਲ ਜਾਂਦੀ ਫੇਰ ਯੋਹੀ ਕਾਂਗਰਸ ਪਾਰਟੀ ਚੰਗੀ ਦੀ ਹਰ ਮੈਂ ਤਾਂ ਪਹਿਲਾਂ ਵੀ ਕਹਿ ਘਾਟਿਆ ਭਈ ਇਹ ਭੀਜਪੀ ਵਾਲੇ ਬਾਜਾ ਮਾਰ ਰਹੇ ਆ ਜੋ ਆਓ ਪਹਿਲਾਂ ਆਓ ਪਹਿਲਾਂ ਪਾਓ ਛੇਤੀ ਚੜੋ ਬਸ ਕੇ ਵਿੱਚ ਹਲੇ ਬਹੁਤ ਕੁਸ ਪਿਆ ਭੀਜਪੀ ਵਾਲਾਂ ਦਾ ਹਲੇ ਭੀਜਪੀ ਵਾਲਿਆਂ ਨੇ ਆਪਣੇ ਜਿਹੜੇ ਪੁਰਾਣੇ ਬੰਦੇ ਦੇ ਇਹਨਾਂ ਨੂੰ ਤਾਂ ਕਾਇਦਾ ਵੀ ਥੰਮ ਕਰੇ ਬੈਠੋ ਹਲੇ ਅਲੇ ਆਪਾਂ ਟੈਸਟਿੰਗ ਭਾ ਜੋ ਨਵੇਂ ਬੰਦੇ ਭਾਵਾਂਗੇ। ਬਾਕੀ ਵੀਰਾਂ ਬੀਬੀ ਗਰੀਬ ਅਮਰੀਕਾ ਦੇ ਆਗਾਵਰਾ ਸੇਵਾ ਕਰਨ ਲੱਗੀ ਦੀ ਫਿਰ ਤਾਨੂੰ ਕਿਹੜਾ ਟੈਨਸ਼ਨ ਪੂਰਾ ਪੰਜਾਬ ਤੋਂ ਅਮਰੀਕਾ ਜਾਣ ਨੂੰ ਫਿਰ ਰਿਹਾ। ਥਾਰਾ ਚਰਨਜੀਤ ਚੰਨੀ ਤੋਂ ਆਪ ਕਹਿ ਰਿਹਾਗਾ ਮੈਂ ਉਰਾ ਕਾ ਯੂ ਹਾਈਲਾਈਟਸ ਕਰਾਈ ਕਰਾਂਗਾ ਲੋਕਾਂ ਨੂੰ ਕਾ ਫ੍ਰੀ ਉਰਾ ਦਾ ਨਿਆਣਾ ਚੜਾ ਦੇਂਗੇ ਜਹਾਜ਼। ਫਿਰ ਥਾ ਅਮਰੀਕਾ ਦੇ ਆਗਾਵਰਾ ਚੋਣਾ ਲੜ ਰਹੇ। ਫਿਰ ਥਾ ਰਿਸ਼ਤੇ ਚੰਗਾ ਤੋਂ ਉਰਾ ਇਤਨੀ ਮਿਹਨਤ ਕਰੀ ਥਾ ਮੈਂ ਅਮਰੀਕੇ ਦੇ ਵਿੱਚ ਹੋਣ ਲੜ ਲੰਦੇ ਜਿਆਦਾ ਇੱਟ ਤੱਕ ਕੰਮ। ਬਾਕੀ ਮੇਰ ਤੋਂ ਇਹ ਇਸਲਾਹ ਇਹ ਸੁਵਿੰਦਰ ਬਿੱਟੀ ਨੂੰ ਬੀਬੀ ਤੋਂ ਉੱਥਾ ਦੇ ਅਮਰੀਕੇ ਦੇ ਕੋਈ ਪਾਰਟੀ ਮਲਟੀ ਮੈਂ ਚੋਣਾਂ ਲੜ ਲਏ ਉੱਥਾ ਜਿਆਦਾ ਕਮ ਛੇਤੀ ਸੂਤ ਆ ਜਾਏਗਾ ਚਲੋ ਘਾਰਾ ਸਖਬੀਰ ਬਾਦਲ ਨੇ ਕੱਲ ਇਹ ਐਲਾਨ ਕਰਿਆ ਤਾਂ ਪਰ ਇਸ ਤੇ ਪਹਿਲਾਂ ਆਜ਼ਾਦ ਚੋਣ ਲੜ ਸਕਾ ਦਮਨ ਬਾਜਵਾ ਨਵਜੋਤ ਸਿੰਘ ਨੂੰ ਖਰੀਆਂ ਖਰੀਆਂ ਸੁਣਾਤੀਆਂ ਔਰ ਇਹ ਕਹਿ ਲੋ ਵੀਰਾ ਇਸ ਕੀ ਇਹ ਦਮਨ ਬਾਜਵਾ ਜਿਹੜੀ ਜਨਾਨੀ ਇਸ ਕੀ ਟਿਕ ਟਕ ਕੱਟਦੀ ਗੱਲਾਂ ਆਰ ਵੀਰੋ ਟਿਕਟਾਂ ਬਹੁਤ ਕੱਲ ਕੱਟੀਆਂ ਗਈਆਂ ਮੈਂ ਤੋਂ ਪਹਿਲਾਂ ਕਹਿ ਘਟ ਹੈ ਅਭੀ ਪੰਜਾਬ ਦੇ ਵਿੱਚੋਂ ਤੋਂ ਜਨਾਨੀਆਂ ਨੂੰ ਰੋਡਵੇਜ ਦਾ ਕਲਿੰਡਰ ਨਹੀਂ ਟਿਕਟਾਂ ਦਿੰਦਾ ਯੋ ਸੈਂਟਰ ਸਰਕਾਰ ਇੰਨਾ ਸੈਂਟਰ માં ਬੈਠੀ ਬੀਬੀ ਸੋਨੀਆ ਗਾਂਧੀ ਕਿੱਥਾ ਇਹਨਾਂ ਨੂੰ ਟਿਕਟਾਂ ਦੇ ਦੇਗੀ ਹਰ ਕੱਲ ਸੁਖਵੀਰ ਬਾਦਲ ਨੇ ਬੜਾ ਐਲਾਨ ਕਰਤਾ ਕਹਾ ਵੀ ਅੰਬਰਸਰ ਈਸਟ ਤੇ ਮਜੀਠੀਏ ਨੂੰ ਉਮੀਦਵਾਰ ਬਣਾ ਦਿਆ ਸਿੱਧੂ ਗੱਲ ਪੇਚਾ ਪੈ ਗਿਆ ਮੰਨੂ ਇੱਕ ਬਾਤ ਨਹੀਂ ਇਨਕੀ ਸਮਝ ਮਾਈ ਚਲੋ ਠੀਕ ਅਪੀਰਾ ਗੱਲ ਇਹੋ ਵੀ ਸਿਆਸਤ ਦੇ ਵਿੱਚ ਮੈਂ ਕੋਈ ਕੋਈ ਕਿਸੇ ਦਾ ਸਗਾ ਹੈ ਨਹੀਂ ਵੀਰ ਜਿਸ ਕਾ ਜਿੱਥਾ ਤੋਂ ਦਾਅ ਲਗਾ ਕਾ ਆਪਣਾ ਸੂਤ ਕਰ ਲਿਆ ਫੈਸਲਾ ਬਹੁਤ ਵਧੀਆ ਪ੍ਰਧਾਨ ਜੀ ਨੇ ਲੈ ਲਿਆ ਆਹ ਰ ਐਤ ਕੀ ਕਟਾਕੱਟੀ ਹੋਣੀ ਬਣਦੀ ਵੀ ਹੈ ਜਾਂ ਤੋ ਸਿੱਧੂ ਜਾਂ ਫਿਰ ਮਜੀਠੀਆ ਪਰ ਮਾਜੇਗਾ ਜਰਨੈਲ ਈਵ ਦੱਸੋ ਵੀ ਕਿਹੜੀ ਕਿਹੜੇ ਪਾਸਾ ਬੈਠਿਆ ਲੂ ਕਾ ਕਿਹੜੇ ਖੱਡਵਾਂ ਲੂ ਗਿਆ ਜਾਗਾ ਫੇਰ ਮਾਜੇਗਾ ਜਰਨੈਲ ਫੇਰ ਨਜ਼ਰ ਆ ਰਿਹਾ ਇੱਕ ਤੋਂ ਕੋਈ ਕੋਰਟ ਨੇ 3 ਦਿਨ ਦੀ ਰਾਤ ਦੇਤੀ। ਹਿਮਾਰੇ ਪਿੰਡ ਵਾਲੇ ਗਾਰੇ 3 ਦਿਨ ਮਾ ਤੋਂ ਬੰਦਾ ਪਤਾ ਨਹੀਂ ਕਿੱਥੇ ਤੇ ਕਿੱਥੇ ਪਹੁੰਚ ਜਾਗਾ। ਅਰ ਬਾਕੀ ਇਹੋ ਕਹਿ ਲੋ ਮਜੀਠੀਆ ਤੋਂ ਪਹਿਲਾਂ ਹੀ ਕਹਿ ਰਿਹਾ ਤਾਂ ਕਾ ਮੈਂ ਤਾਂ ਜਿੱਥਾ ਪਹਿਲਾ ਰਿਹਾ ਉੱਥੇ ਬੌਨ ਨਜਾਰੇ ਲੁੱਟੇ। ਇਹ ਪਤਾ ਨਹੀਂ ਕਿੱਥਾ ਨਜਾਰੇ ਲੁੱਟੇਗਾ। ਉਮੀਦਵਾਰ ਦਾ ਐਲਾਨ ਸੁਖਬੀਰ ਬਾਦਲ ਨੇ ਕਰਿਆ ਵਾ ਪੂਪਰਖਾਸਪਾਲ ਦੇ ਛੋਕਰੇ ਨੇ। ਪਰ ਉਮੀਦਵਾਰ ਉੱਥਾ ਹਾਜ਼ਰ ਹੈ ਨਹੀਂ ਤਾਂ। ਇਹ ਵੀ ਦੇਖੋ ਕਮਾਲ ਕੀ ਬਾਤ ਆ। ਇਹ ਸਾਰਾ ਟੱਬਰ ਸਿੱਧੂ ਨੂੰ ਰੋਕਣ ਪਾ ਲਗਿਆ ਵਾ ਬਸ। ਇਹ ਕਿ ਉਹ ਬਾਤ ਆਪਾਂ ਕਹਿ ਸਕਾਂ ਸਾਰਾ ਟੱਬਰ ਇਹਨਾਂ ਨੂੰ ਪਤਾ ਕਿ ਆ ਡਾਰ ਪੈ ਗਿਆ ਵੀ ਜੇ ਸਿੱਧੂ ਆ ਗਿਆ ਪਤਾ ਨਹੀਂ ਕੀ ਹੋ ਜਾਏਗਾ ਹੈ ਔਰ ਬਾਕੀ ਇਹੋ ਵੀ ਸੁਣਨ ਉਹ ਆ ਮਜੀਠਿਆ ਦੋ ਸੀਟਾਂ ਵਿੱਚ ਮਜੀਠਾ ਸੀਟ ਪਾ ਦੇ ਖੜੇਗਾ ਇੱਕ ਇੱਕ ਅੰਬਰਸਰ ਰਿਸਟ ਦੇ ਵੀ ਜੇ ਇਤਨਾ ਡਾਰ ਇਤਨੀ ਜੇ ਬਹਾਦਰੀ ਦੀ ਗੱਤਾਂ ਤਾਂ ਮਗਰਾਂ ਫਿਰ ਮਜੀਠੇ ਨੂੰ ਇੱਕ ਸੀਟ 'ਤੇ ਖੜੀ ਕਰੋ ਜਾਂ ਫਿਰ ਇਸ ਨੂੰ ਅੰਬਰਸਰ ਵਾਲੀ 'ਪਾ ਖੜਾਓ ਜਾਂ ਮਜੀਠੇ ਵਾਲੀ 'ਪਾ ਖੜਾਓ ਚਲੋ ਘਰ ਇਹੋ ਹੀ ਤਾਂ ਸਿਆਸਤ ਉਹ ਪਹਿਲਾਂ ਕਹਿਗਾ ਹਟਿਆ ਕਿਸੇ ਨੂੰ ਦੋ ਦੋ ਟਿਕਟਾਂ ਮਿਲ ਰਹੀਆਂ ਔਰ ਕਿਸੇ ਨੂੰ ਇੱਕ ਟਿਕਟ ਵੀ ਨਹੀਂ ਮਿਲ ਰਹੀ ਵਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਇਹ ਉਹ ਪੰਜਾਬ ਕੀ ਸਿਆਸਤ ਅੱਜ ਕੀ ਔਰ ਉਧਰ ਬੀਬੀ ਬਾਦਲ ਯੋ ਕਹਿ ਰਹੀ ਮਨੋਂ ਨੇ ਭਾਈ ਦਾ ਦੁੱਖ ਬਹੁਤ ਸਤਾ ਰਿਆ ਮਜੀਠਿਆ ਯੋ ਕਹਿ ਰੋ ਵੀਰਾ ਇਸ ਕੀ ਜਮਾਨਤ ਗ੍ਰਿਫਤਾਰੀ ਵੀ ਤਿੰਨ ਦਿਨ ਰੋਕ ਲਈ ਮਜੀਠਿਆ ਕੇ ਸਾਹ ਯੋ ਮੀਡੀਆ ਕੇ ਸਾਹਮਣੇ ਆਪਣੇ ਆਂਸੂ ਨਹੀਂ ਰੋਕ ਸਕੀ ਬੀਬੀ ਬਾਕੀ ਮੈਂ ਇੱਕ ਬਾਤ ਦੱਸਾਂ ਵੀਰ ਚਲੋ ਦੁੱਖ ਸਾਰਿਆਂ ਨੂੰ ਹੋਵਾ ਪਰ ਇਹੋ ਲੀਡਰਾਂ ਦਾ ਰੋਣਾ ਜਿਹੜਾ ਹੋਵਾ ਨਾ ਇਸਕੇ ਵਿੱਚ ਵੀ ਵੀਰ ਸਿਆਸਤ ਛੁਪੀ ਹੋਵਾ ਈ ਪਤਾ ਨਹੀਂ ਕਰਤੇ ਕਹਿ ਕਈ ਆਈ ਹੋਈ ਕਰਦੇ ਨੇ ਕਿ ਆ ਉਹ ਵੀ ਤਾਂ ਉੱਥਾ ਮਾੜਾ ਮਟਾ ਰੋ ਰੂਲੀਏ ਵੀ ਤਾਂ ਕਰ ਕਾ ਵੀ ਮੀਡੀਆ ਥੋੜੇ ਜਿਹਾ ਨਾ ਕਰ ਉਹ ਹੋ ਜਾ ਪਲੋਏ ਜਾ ਹਾਂ ਮੀਡੀਆ ਨੂੰ ਲਗਾ ਵੀ ਯਾਰ ਮਾੜਾ ਹੋਇਆ ਮਾੜਾ ਹੋਇਆ ਇਹ ਪਹਿਲਾਂ ਨਾ ਸਮਝਾ ਤਿਆ ਹੋਏ ਪਾਰਟੀ ਚ ਹੈ ਕਾਲੀਆਂ ਗਈ ਚਾਹੇ ਕਾਂਗਰਸੀਆਂ ਗਈ ਚਾਹੇ ਬੀਜੇਪੀ ਵਾਲਿਆਂ ਗਈ ਚਾਹੇ ਯੋ ਕਹਿ ਲੋ ਚਾੜੂ ਵਾਲਿਆਂ ਗਈ ਇਹ ਰੋਣ ਲੱਗੇ ਨੇ ਟਾਈਮ ਲਾਂਦੇ ਉਦਣੇ ਯੋ ਚੰਡੇ ਨੂੰ ਟਿਕਟ ਦਈ ਮੁੱਖ ਮੰਤਰੀ ਦਾ ਐਲਾਨ ਕਰਿਆ ਚੰਡੇਗਾ ਚੰਡਾ ਜਦ ਰੋਣ ਲੱਗ ਗਿਆ ਹਰ ਵਾਰ ਰੋਣਾ ਹੀ ਦੇਖਿਆ ਲ ਮੀਡੀਆ ਵਾਲਿਆਂ ਨੇ ਕਹਾ ਜੀ ਭਾਵਕ ਹੋ ਗਿਆ ਜੋ ਹੋ ਗਿਆ ਬਾਹ ਹੋ ਗਿਆ ਨਹੀਂ ਝੰਡੇ ਨੂੰ ਕੌਣ ਜਾਣੇ ਦਾ ਜੇ ਝੰਡਾ ਨਾ ਰੋਂਦਾ ਈ ਸੀਦਰਾ ਬੀਬੀ ਵੀ ਰੋਪੀ ਆਰ ਯੋ ਕਹ ਲੋ ਸਿੰਪਤੀ ਮਿਲ ਗਈ ਬੀਬੀ ਨੂੰ ਹਰ ਉਧਰ ਕੈਪਟਨ ਅਮਰੀਂਦਰ ਸਿੰਘ ਕੀ ਕਾਲ ਇੱਕ ਪੱਤਰਕਾਰ ਇੰਟਰਵਿਊ ਕਰਨ ਗਿਆ ਕਾਮ ਆਯੋ ਮੀਡੀਆ ਕੇ ਗੈਲ ਜੁੜ ਗਿਆ ਫਲਾਣੇ ਗੈਲ ਜੁੜ ਗਿਆ ਕੁਛ ਇਸ ਤਰਾ ਹੀ ਹੈਡਲਾਈਨ ਜੀ ਬਣਾ ਕਾ ਬਾਈਬੀ ਦੂਸਰਾ ਆਰ ਵੀਰ ਯੋ ਕਲੋ ਵੀ ਬਾਹ ਸਰਕਾਰ ਦੱਸੋ ਬਾਹ ਸਰਕਾਰ ਕਾ ਵੀ ਕੀ ਕਰਨਾ ਜਿਹੜੀ ਆਪਣੇ ਮੰਤਰੀ ਆਪ ਕਾਰਵਾਈ ਨਹੀਂ ਕਰ ਸਕਦੀ ਯੋ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਚ ਲਈ 4.5 ਸਾਲ ਜਿਸਕੇ ਵਿੱਚ ਮਾ ਰਾਜਾ ਆਪ ਕਹਿ ਰਿਹਾ ਕਾ ਵੀਰ ਮੈਂ ਜਦ ਦਿੱਲੀ ਪੁੱਛੇ ਕਰਦਾ ਕਾ ਵੀ ਇਸ ਪਾ ਯੋ ਕਹਿ ਕੇ ਕਾਰਵਾਈ ਕਰ ਕਾ ਮੈਂ ਕਹਤੇ ਯੋ ਬੰਦਾ ਵੀ ਆਪਣਾ ਯੋ ਬੰਦਾ ਵੀ ਆਪਣਾ ਇਸ ਕਾ ਮਤਲਬ ਯੋ ਕਹਿ ਲੋ ਕੈਪਟਨ ਅਮਰਿੰਦਰ ਸਿੰਘ ਨੇ ਜਿੰਨੀ ਦਿਨ ਰਾਜ ਕਰਿਆ ਰਾਜੇ ਨੂੰ ਸਾਰੀ ਗੱਲਾਂ ਦਾ ਪਤਾ ਤਾਂ ਜਾਣਕਾਰ ਰਾਜਾ ਇਹ ਕਹਿ ਲੋ ਵੀਰ ਉਹਨਾਂ ਗੱਲਾਂ ਲੁਕੋ ਰਿਆ ਤਾਂ ਆਰ ਜਿੰਨਾ ਕ ਟਾਈਮ ਇਹ ਜਿਤਨਾ ਅੱਜ ਕੱਢ ਰਿਆ মিডিਆ ਵਾਲਿਆਂ ਗੈਲਬੈਟ ਰਿਆ ਜਿਤਨਾ ਟਾਈਮ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਕੱਢ ਲੰਦਾ ਪਹਿਲਾਂ ਕੱਢਿਆ ਹੋ ਹੁੰਦਾ ਵੀਰ ਅੱਜ ਇਹੋ ਦਿਨ ਦੇਖਣੇ ਨਾ ਪੈਂਦੇ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਬਾਦ ਵੀ ਪੱਕੀ ਆਰ ਕੈਪਟਨ ਅਮਰਿੰਦਰ ਸਿੰਘ ਕੀ ਇੱਕ ਇਹ ਕਹਿ ਲੋ ਇੱਕੋ ਗਲਤੀ ਇਹ ਗਲਤ ਬੰਦਿਆ ਬਾਏ ਉਹ ਯਕੀਨ ਜ਼ਿਆਦਾ ਕਰ ਲਿਆ। ਇਹ ਵਾ ਜਿੱਥਾ ਮਰਜੀ ਜੁੜ ਜੇ ਚਾਹੇ ਮੀਡੀਆ ਨਾਲ ਜੁੜ ਜੇ ਚਾਹੇ ਲੋਕਾਂ ਨਾਲ ਜੁੜ ਜੇ ਪਰ ਯੋ ਕਹ ਲੋ ਵੀਰਾ ਇਹ ਵ ਜਨਤਾ ਨਾਲ ਜੁੜ ਦੀਸਕੇ ਗੈਰ ਜਿਤਨਾ ਮਰਜੀ ਜੋਰ ਲਾ ਲਿਓ। ਕਿਉਂਕਿ ਲੋਕਾਂ ਨੂੰ ਪਤਾ ਵੀ ਚੱਲਤੀਗਾ ਨਾਮ ਗਾੜੀ ਜਿਹੜਾ ਚੱਲਾਂ ਉਸੀ ਦੇ ਮਗਰ ਪੱਜੈ ਉਹ ਮਾਰੇ ਬੰਦੇ। ਆਹ ਯੋ ਕਹ ਲੋ ਇਹ ਕੈਪਟਨ ਕਹ ਰਿਹਾ ਮੈਂ 92% ਕੰਮ ਕਰਤੇ 10 ਬੰਦੋ ਕੋ ਨਜ਼ਰ ਨਹੀਂ ਆ ਰਹਾ 92% ਵਾਲਾ ਕੰਮ ਕਿਹੜਾ ਵਾ? ਸਮਾਰਟਪੁਨ ਪਹਿਲਾਂ ਕਹੇ ਸਾਰੇ ਪੰਜਾਬ ਨੂੰ ਦੋਵੇਂ ਕਿ ਮੁੜ ਕੇ ਫਿਰ ਇਹਨਾਂ ਨੇ ਗਿਣਤੀ ਗਿਣਤੀ ਵਾਲੇ ਬੰਦਿਆਂ ਦੇ ਤੇ ਹੈ ਆ ਰੁਦਰ ਸੁਖਬੀਰ ਬਾਦਲ ਕੱਲ ਮੈਂ ਤਾਂ ਉਸकी ਸਮਝ ਮਾਰੀ ਬਾਪੂ ਪ੍ਰਕਾਸ਼ ਵਾਲੇ ਦੇ ਛੋਕਰੇ ਕੀ ਯੋ ਕਹਿ ਰਿਹਾ ਕਹ ਜਦ ਕੱਲ링 ਸਰਕਾਰ ਆਵੀਂ ਸ਼ਰਮਣੀ ਕੱਲ ਗਰੀਬਾਂ ਨੂੰ ਕਿਸਾਨਾਂ ਨੂੰ ਯੋ ਕਹਿ ਰੋ ਵੀਰ ਕਹਾ ਨੀਲੇ ਕਾਰਡ ਬਣਵਾ ਦੇਂਗੇ ਆਟਾ ਦਾਲ ਪਲਾਟ ਦੇ ਦੇਂਗੇ ਘਰ ਬਣਾ ਦੇਂਗੇ ਹਰ ਮਹੀਨੇ ਜੋ ਦੇ ਦੇਂਗੇ ਲਾਈਟ ਫਰੀ ਦੇ ਦੇਂਗੇ ਬਿੱਲ ਨਹੀਂ ਆਣਾ ਥਾਰਾ ਯੋ ਕਰ ਦੇਗੇ ਵਾਹ ਕਰ ਦੇਗੇ ਮੈਨੂੰ ਸਮਝਵਾਂ ਨਹੀਂ ਜੀ ਬਾਪੂ ਪ੍ਰਕਾਸ਼ ਵਾਲੇ ਛੋਕਰੇ ਕੀ ਮਿਥਾ ਮੇ ਯੋ ਇਤਨਾ ਫਰੀ ਐਲਾਨ ਕਰਤੇ ਆ ਖਜ਼ਾਨਾ ਤੋਂ ਖਾਲੀ ਪਿਆ ਥਾਰਾ ਹੈ ਲੋਕ ਬਹੁਤ ਸਮਝਦਾਰ ਹੋਗੇ ਦੱਸੋ ਵੀ ਖਜ਼ਾਨਾ ਖਾਲੀ ਪੈਸੇ ਲਿਆਵੇਂ ਕਿੱਥੇ ਦੇ ਆਟਾ ਦਾਲ ਕਾਇ ਫਰੀ ਦੇ ਦੇ ਨੀਲੇ ਕਾਰਡ ਬਣਾ ਦੇਗੇ ਯੋ ਕਰ ਦੇਗੇ ਵਾਹ ਕਰ ਦੇਗੇ ਹਰ ਫਰੀ ਪਾ ਜ਼ੋਰ ਦਿਆ ਵਾ ਕਾ 400 ਜੁੰਟਾ 400 ਇੱਕ ਮਹੀਨੇ ਕੀ 400 ਦੂਸਰੇ 8 800 ਜੁੰਟਾ ਹੈਂ ਦੱਸੋ ਇਹ ਇਹੋ ਲਿਟਰਲ ਸਰਮਨੀ ਆਂਦੀ ਵੀ ਥਵ ਇਹ ਫਰੀ ਦੇਣ ਨਾਲੋਂ ਅੱਛਾ ਲੋਕਾਂ ਰੋਜ਼ਗਾਰ ਦਿਓ ਹੈ ਔਰ ਬਾਕੀ ਵੀਰ ਇਹ 10 ਸਾਲਾਂ ਪਹਿਲਾਂ ਥਾਣਾ ਕਿਆ ਕਹਿ ਦਿਆ ਇਹ ਵੀ ਸਭ ਨੂੰ ਪਤਾ ਦੇਖੋ ਜਿਹੜੀ ਚੀਜ਼ ਮਾ ਸਿਫਤਾ ਵਾ ਸਿਫਤਾ ਹੈ ਸਿਵਿਦਾ ਸੈਂਟਰ ਹਰ ਪਿੰਡ 'ਵਾਂ ਬਣੇ ਆਟਾ ਦਾਲ ਮਿਲੇਗਾ ਤਾਲੂਕਾਂ ਨੂੰ ਈਵ ਚੰਨੀ ਨੇ ਕੈਪਟਨ ਨੇ ਆਣ ਸਾਰੀ ਸਾਰਾ ਕੁਝ ਬੰਦ ਕਰਿਆ ਆਰ ਇਸਕਾ ਇਹ ਕਾਮਯਾਬਾ ਕੈਪਟਨ ਨੂੰ ਭੁਗਤਣਾ ਪਾਵੇਗਾ ਕਿਉਂਕਿ ਉਹ ਵੀਰ ਲੀਡਰ ਜਿਹੜੇ ਹੋ ਮਾ ਨਾ ਇਹ ਪੁਰਾਣੀ ਬਾਤਾਂ ਕੱਢ ਕੇ ਰੱਖ ਲਾ ਮੁਰਾ ਵੀ ਉਹ ਦੇਖੋ ਜੀ ਕੈਪਟਨ ਸਾਹਿਬ ਨੇ ਇਹ ਕਰਿਆ ਤਾਂ ਮਾ ਨਾ ਇਹ ਚਲਾਇਆ ਤੇ ਇਸਨੇ ਇਹ ਬੰਦ ਕਰ ਦਿੱਤਾ ਹਰ ਲੋਕਾਂ ਦੇ ਦਿਮਾਗ ਵਿੱਚ ਜਦ ਇਹ ਆ ਜਾ ਵੀ ਹਾਂ ਇਹ ਉਹ ਤਾਂ ਇਤਰਾ ਹੋਇਆ ਤਾਂ ਆਰ ਉਧਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਇਹ ਕਹਿ ਲੋ ਵੀਰ ਪ੍ਰਕਾਸ਼ ਬਾਦਲ ਲੰਬੀ ਦੇ ਵੋਟਾਂ ਲੜੇਗਾ ਦਾ ਸਮਝੁਰਗਾ ਇਹ ਕੱਲ ਉੱਥਾ ਡੀ ਐਮ ਸੀ ਵਾਂ ਦਾਖਲ ਕਰਿਆ ਵਾ ਦਾ ਇਹ ਕਾ ਕਰੋਨਾ ਹੋ ਗਿਆ ਬੁੜੇ ਨੂੰ ਆਰ ਯੋ ਕਹਰੇ ਜੀ ਕਰੋਨਾ ਨਹੀਂ ਕਹੀ ਤੋ ਓਮੀਗ੍ਰੋਨਾ ਹੋ ਗਿਆ ਆਰ ਇਬ ਦੇ ਲੋ ਵੀ ਮਨ ਸਭ ਨੇ ਬਜ਼ੁਰਗ ਨੂੰ ਘਰਾਂ ਬਿਠਾਓ ਇਹ ਘਰਾਂ ਬੈਠੇਗਾ ਟਾਈਮ ਬਜ਼ੁਰਗਾ ਇਹਨਾਂ ਨੂੰ ਪਤਾ ਵੀ ਇੱਕ ਸੀਟ ਤੋਂ ਪੱਕੀ ਵਾ ਰੇ ਲੰਬੀ ਤੋਂ ਜਿੱਤੇ ਜਾਣਗੇ ਇੱਕ ਲੰਬੀ ਕਿ ਜਲਾਲਾਬਾਦ ਯੋ ਦੋ ਤਿੰਨ ਸੀਟਾਂ ਨੇ ਕਿ ਪੱਕੀਆਂ ਜਿਹੜੀਆਂ ਜਿੱਤਾਂ ਆਏ ਹਰ ਵਾਰ ਹਰ ਬੀਬੀ ਬਾਦਲ ਐਮ ਪੀ ਦੀ ਵੋਟਾਂ ਲੜਾ ਯੋ ਠੱਡੇ ਦੇ ਘੜ ਜਾ ਸਪੋਰਟ ਚਾਰੇ ਪਾਸੇ ਬੰਨਗਾ ਬਣਾਈ ਵੀ ਨਾ ਨਾ ਪੱਕੀ ਆਪਣੀ ਆਰੇ ਸੇਵਾ ਕਰਨ ਕੀ ਉਹ ਭਾਵਨਾ ਜਿਹੜੀ ਮਤਲਬ ਬਜ਼ੁਰਗ ਦੇ ਅੰਦਰ ਤੇ ਜਾਂਦੀ ਨਹੀਂ ਵਾ ਕਹਿੰਦਾ ਨਾ ਨਾ ਸੇਵਾ ਕਰਨੀ ਮੈਂ ਹਲੇ ਕਰੋਨਾ ਫੇਲ ਕਰਤਿਆ ਇਹ ਬਜ਼ੁਰਗ ਨੇ ਉਹ ਮੀ ਕਰੋਨੇ ਕਾ ਲੜ ਰਿਹਾ ਹੈ ਵਾ ਆਰੇ ਬਾਕੀ ਉਹ ਬਜ਼ੁਰਗ ਚੱਲ ਤੋਂ ਬਿਮਾਰ ਹੀ ਰਹਾ ਠੰਡ ਵੀ ਹੋ ਰਹੀ ਤੁਹਾਨੂੰ ਪਤਾ ਜੋ ਠੰਡ ਮੇ ਬਜ਼ੁਰਗ ਕਾਫੀ ਟਿੱਲੇ ਹੋ ਜਾਂ ਚਲੋ ਰੱਬ ਸੁਖ ਰੱਖੇ ਇੱਕ ਪੈਨਸ਼ਨ ਹੋਰ ਲੱਗ ਜੇਗੀ ਯੋ ਕਹਿ ਸਕਾਂ ਆਰਾ ਬਾਪੂ ਬਾਪੂ ਯੋ ਹਸਪਤਾਲ ਵਿੱਚ ਦਾਖਲ ਕੱਲ ਛੋਕਰਾ ਔਰ ਉਸਕੀ ਘਰ ਆਲੀ ਅੰਬਰਸਰ ਗਾਇਦੋ ਛੋਲੇ ਕੁਲਚੇ ਖਾਂਦੇ ਫੂੜਾ ਬਾਰੇ ਬਣਿਆ ਬਾਬਾ ਹਸਪਤਾਲ ਮੈਂ ਦਾਖਲ ਯੋ ਛੋਲੇ ਕੁਲਚੇ ਫੂੜਾ ਬਾਰੇ ਦਾ ਕੁਲਚੇ ਬਹੁਤ ਸਵਾਦ ਹੋ ਰਾ ਔਰ ਹੋਰ ਸੁਣ ਲਿਓ ਯੋ ਸਰਸਿਆਲਾਂ ਦਾ ਕੱਲ ਪਰਸੋਂ ਪ੍ਰੋਗਰਾਮ ਦਾ 25 ਤਰੀਕ ਨੂੰ ਇਨਕਾ ਹੋਵਾ ਬਾਬੇ ਦਾ ਜਨਮ ਦਿਨ ਉੱਥਾ ਵਿਰਡੇਰਾ ਸਰਸੇਵਾ ਪੰਜਾਬ ਦੇ ਕਈ بڑے ਸਿਆਸੀ ਲੀਡਰ ਪਹੁੰਚੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਬਾਬਾ ਜੀ ਦਾ ਖੈਰ ਅੰਦਰ ਬਾਬਾ ਜੀ ਦਾ ਸਨਾਰੀਆ ਜੇਲਮਾ ਕਰਾ ਇਹੋ ਆਪਣੀ ਜਿਹੜੀ ਪ੍ਰਚਾਰ ਕਰਾ ਪਰ ਉੱਥਾ ਇਹਨਾਂ ਨੇ ਐਲਸੀਡੀ ਲਾਈਵ ਬਾਬੇ ਕੀ ਬਾਬੇ ਕੀ ਐਲਸੀਡੀ ਲਾਗਾ ਨਾ ਉਸਕੇ ਉੱਪਰ ਸੁਣੀਆਂ ਉਸਕੇ ਵਿਚਾਰ ਵੀਡੀਓ ਲਾ ਦਾਂ ਫਿਰ ਆ ਰਿਓ ਕੈ ਲੋ ਵੀ ਈ ਵੀ ਜਿਹੜੇ ਲੀਡਰ ਉੱਥਾ ਗਏ ਵੀ ਬੰਦਿਆਂ ਦਾ ਥੰ ਮੈਂ ਕੀ ਉਮੀਦਾਂ ਰੱਖਾਂ ਹੈ ਇਹ ਬਾਕੀ ਆ ਉਮੀਦ ਰੱਖੇਗੇ ਵਿਕਾਸ ਕੀ ਥਮ ਮਨ ਨੂੰ ਕੁੱਟ ਖਾਣੇ ਦੀ ਜਿਹੜੀ ਆਤ ਪੈ ਗਈ ਕੁੱਟ ਖਾਣੇ ਦੀ ਆਤ ਪੈ ਗਈ ਜੋ ਲੀਡਰ ਆ ਪਤੇ ਲੀਡਰਾਂ ਕੋਈ ਗਲਤੀ ਨਹੀਂ ਅਰ ਯੋਹੀ ਕੰਮ ਐਦ ਕੀ ਹੋਵੇਗਾ ਫੇਰ ਯੋ ਲੀਡਰ ਜਨਤਾ ਨੂੰ ਮੂਰਖ ਬਣਾਵਾ ਡੇਰਾਬਾਦ ਨੂੰ ਜੋ ਜਿਹੜਾ ਹਵਾ ਦੇ ਹਾਂ ਡੇਰਾਬਾਦ ਵਧੇਗਾ ਵੋਟਾਂ ਵਧेंगी ਕਿਉਂਕਿ ਵੀਰੇ ਜੋ ਹੋਮਾ ਜਿਹੜੇ ਮਤਲਬ ਬੰਨੇ ਬਣਾਏ ਯੋ ਵੋਟਰ ਹੋਮਾ ਇਹਨਾਂ ਨੂੰ ਸੋਧਕਾਰ ਕਾ ਬਣਾਇਆ ਬਹਾਵਾ ਬਾਬਾ ਇਹਨਾਂ ਨੂੰ ਜਿੱਤਰਾ ਕੀ ਗੁੜਤੀ ਦੇਦਾ ਉਤਰਾਂ ਗਈ ਉਹ ਚਲਾ ਇਹ ਬਾਬੇ ਨੇ ਕਹਦਾ ਵੀ ਉਹ ਆਪਾਂ ਨੇ ਸਾਮ ਨੂੰ ਖੂਬ ੱਟਕਾ ਪਾਣੀ ਪੀਣਾ ਉਹ ਸਾਮ ਨੂੰ ਖੂਬ ੱਟਕਾ ਪਾਣੀ ਪੀ ਲੈਗੇ ਘਰਾਂ ਚਾਹੇ ਆਪਣਾ ਫਰਿੱਜ ਮਾ ਤੇ ਗਲਾਸ ਕੱਢ ਕੇ ਪਾਣੀ ਗਾਣਾ ਪਿੰਦੇ ਹੋਵੇਂ ਉੱਥਾ ਜ਼ਰੂਰ ਪੀਵੇਂਗੇ ਅਥਾ ਨੇ ਦੇਖਿਆ ਹੋਣਾ ਬੜੇ ਡੇਰੇਵਾਜ ਜਿਹੜੇ ਬਾਹਰ ਇਹ ਜਨਾਨੀਆਂ ਦੇਖ ਲੈ ਉੱਥਾ ਝਾੜੂ ਲਾਂਦੀਆਂ ਹੋਆਂ ਘਰਾਂ ਗਈ ਲੱਕ ਦੁਹਣ ਲੱਜਾਂ ਘਰਾਂ ਕੰਮ ਨਹੀਂ ਕਰਦੀਆਂ ਉਥਾ 60 60 70 70 ਸਾਲੀਆਂ ਬੀਬੀਆਂ ਝਾੜੂ ਲਾਰੀਆਂ ਵੀਰ ਕਰਾਗਾ ਨੂਜ਼ ਹਾਰੀ ਦਿਹਾੜੀ ਕੰਮ ਕਰ ਰਹੀ ਉਸਕੇ ਉੱਪਰ ਉਹ ਮਾਰਾ ਮਾਰਦੇ ਝਾੜੂ ਹੀ ਤੋਂ ਆਈ ਦੇਰੇ ਤੇ ਇਹੋ ਕੰਮ ਵੀਰ ਮਤਲਬ ਇਹੋ ਕਹ ਲਓ ਵੀ ਇਹਨਾਂ ਨੂੰ ਮੋਟੀਵੇਟ ਕਰਕੇ ਚੇਲੇ ਬਣਾਏਗਾ ਇਹ ਪੱਖੀਆਂ ਵੋਟਾਂ ਚੇਲੇ ਨਹੀਂ ਕਹਿ ਸਕਦੇ ਇਹਨਾਂ ਨੂੰ ਆਪਾਂ ਮਤਲਬ ਵੋਟ ਬੈਂਕ ਕੋ ਬਾਇਓ ਬਾਬਿਆਂ ਦਾ ਖੈਰ ਪੰਜਾਬ ਦੇ ਵਿੱਚ ਮਾ ਬਹੁ ਡੇਰੇ ਜਿਹੜੇ ਇਸ ਤਰ੍ਹਾਂ ਕੀ ਵੋਟਾਂ ਤਿਆਰ ਕਰਕੇ ਬੈਠੇ ਅਰ ਇਹਨਾਂ ਨੂੰ ਪਤਾ ਵੀ ਕਈ ਚੀਜ਼ਾਂ ਜਿਹੜੀਆਂ ਜਿਨ੍ਹਾਂ ਨੂੰ ਆਪਾਂ ਨੇ ਪਾਸ ਕਰਾਣਾ ਇਹੋ ਵੋਟਾਂ ਹੀ ਮਾਨੂੰ ਆਹ ਚੀਜ਼ ਕੇ ਵਿੱਚ ਆ ਸਾਨੀ ਕਰ ਸਕਦਾ ਫਿਰ ਲਾਡਾ ਡਿਸਕਸਨ ਡੇੜੇ ਪ੍ਰੋਗਰਾਮ ਦੇ ਵਿੱਚ ਮੇਰਾ ਇਹੋ ਅੱਜ ਦਾ ਪ੍ਰੋਗਰਾਮ ਤਾਂ ਕੱਲੂ ਹੀ ਸੀ ਟਾਈਮ ਥਾਰੇ ਗੱਲ ਫੇਰ ਕਰਾਂਗੇ ਸਿੱਧੀ ਗੱਲ ਬਾਤ ਇਹ ਵੀ ਲਾਡਨ ਦੋ ਜੱਤ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ